आज ਅਸੀਂ ਜਨਮਦਿਨ ਕਹਾਣੀ ਤੇ ਵਾਰਤਕ ਤੇ ਵਹਿਮੀ ਦਾਇਆ ਰਿਵਾਈਜ਼ ਕਰਾਂਗੇ। ਕੀ ਜਨਮਦਿਨ ਕਹਾਣੀ ਕਿਹਦੀ ਲਿਖੀ ਹੋਈ ਹੈ ਬੇਟਾ? ਸਵਿੰਦਰ ਸਿੰਘ ਉੱਪਲ ਦੀ ਲਿਖੀ ਹੋਈ ਹੈ। ਕਿਹਦੀ ਲਿਖੀ ਹੈ? ਸਵਿੰਦਰ ਸਿੰਘ ਉੱਪਲ ਦੀ ਲਿਖੀ ਹੈ। ਸਵਿੰਦਰ ਸਿੰਘ ਉੱਪਲ ਦਾ ਰਾਈਟਰ ਦੇ ਬਾਰੇ ਕਰਾਂਗੇ। ਸਵਿੰਦਰ ਸਿੰਘ ਉੱਪਲ ਦਾ ਜਨਮ ਕਦੋਂ ਹੋਇਆ ਸੀ? 8 अप्रैल 1924 ਨੂੰ। ਸਵਿੰਦਰ ਸਿੰਘ ਉੱਪਲ ਦਾ ਜਨਮ ਕਦੋਂ ਹੋਇਆ? 8 अप्रैल 1924 ਨੂੰ। ਕਿੱਥੇ ਹੋਇਆ? ਜ਼ਿਲ੍ਹਾ ਰਾਵਲਪਿੰਡੀ। ਉਹਨਾਂ ਦੀ ਮਾਤਾ ਨਾਮ ਸੀ ਸ਼੍ਰੀਮਤੀ ਜੈਵੰਤੀ ਤੇ ਪਿਤਾ ਕੌਣ ਸਨ? ਸ਼੍ਰੀ ਫਕੀਰ ਸਿੰਘ। ਪਿਤਾ ਨਾਮ ਕੀ ਸੀ? ਫਕੀਰ ਸਿੰਘ। ਮਾਂ ਦਾ ਨਾਮ ਸ਼੍ਰੀ ਜੈਵੰਤੀ ਤੇ ਉਹਨਾਂ ਦਾ ਜਨਮ ਰਾਵਲਪਿੰਡੀ ਹੋਇਆ। ਉਹ ਇੱਕ ਸਫਲ ਬੇਟਾ ਜਿਹੜੇ ਸਵਿੰਦਰ ਸਿੰਘ ਉੱਪਲ ਸਨ, ਉਹ ਇੱਕ ਸਫਲ ਕਹਾਣੀਕਾਰ ਦੇ ਤੌਰ ਤੇ ਜਾਣੇ ਜਾਂਦੇ ਸਨ। ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ, ਜਿਵੇਂ ਆਪਣਾ ਦੇਸ, ਪਰਾਇਆ ਦੇਸ, ਲਕਸ਼ਮਣ ਰੇਖਾ, ਦੁੱਧ ਅਤੇ ਪੁੱਗ ਆਦਿ। ਉਹਨਾਂ ਨੂੰ ਬੇਟਾ ਲਕਸ਼ਮਣ ਰੇਖਾ ਪੁੱਗ ਦੇ ਲਈ, ਇਸ ਕਿਤਾਬ ਦੇ ਲਈ, ਇਸ ਪੁਸਤਕ ਦੇ ਲਈ ਪੰਜਾਬੀ ਸਾਹਿਤ ਸਮੀਖਿਆ ਬੋਰਡ ਵੱਲੋਂ, ਕਿਤੋਂ? ਪੰਜਾਬੀ ਸਾਹਿਤ ਸਮੀਖਿਆ ਬੋਰਡ ਵੱਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਕਿਤਾਬ ਨੂੰ ਜਿਹੜਾ ਕਿ ਮਿਲਿਆ ਸੀ, ਇਨਾਮ ਮਿਲਿਆ ਸੀ। ਕਲੀਅਰ ਬੇਟਾ? ਕਹਾਣੀਕਾਰ ਬਾਰੇ, ਜਨਮਦਿਨ ਕਹਾਣੀ ਕਲੀਅਰ ਬੇਟਾ? ਸਭ ਨੂੰ ਤੱਕ ਰਾਈਟਰ ਦੇ ਬਾਰੇ ਜਨਮਦਿਨ ਕਹਾਣੀ ਆਪਾਂ ਰੀਡ ਵੀ ਕਰ ਚੁੱਕੇ ਹਾਂ, ਉਹਦੇ ਕੁਐਸਚਨ ਵੀ ਕੀਤੇ, ਇੱਕ ਵਾਰ ਫਿਰ ਤੋਂ ਰਿਵਾਈਜ਼ ਕਰਦੇ ਹਾਂ। ਜਨਮਦਿਨ ਕਹਾਣੀ ਦੇ ਵਿੱਚ ਲੇਖਕ ਨੇ ਜੁਗਲ ਪ੍ਰਸਾਦ, ਕਿਹੜੇ ਕਿਹੜੇ ਪਾਤਰ? ਇੱਕ ਜੁਗਲ ਪ੍ਰਸਾਦ, ਸੇਨ ਲਖਪਤ ਰਾਏ, ਜੋਤੀ ਉਹਦੀ ਮਾਂ ਦੇਵਕੀ, ਉਹਦੀ ਭੈਣ ਜੋਤੀ ਦੀ ਭੈਣ ਗੁੱਡੀ ਤੇ ਕੁਝ ਹੋਰ ਪਾਤਰਾਂ ਦੇ ਦੁਆਲੇ ਇਹ ਕਹਾਣੀ ਜਿਹੜੀ ਕਿ ਚੱਲਦੀ ਹੈ। ਇਹਦੀ ਬੇਟਾ ਅਸੀਂ ਵਨ ਮਾਸ ਕੁਐਸਚਨ ਕਰਾਂਗੇ। ਸਭ ਨੇ ਬੇਟਾ ਮੈਨੂੰ ਆਂਸਰ ਦੇਣੇ ਇਸਨੇ। ਓਕੇ ਬੇਟਾ, ਜਨਮਦਿਨ ਕਹਾਣੀ, ਜਨਮਦਿਨ ਕਹਾਣੀ ਦੇ ਵਿੱਚ ਜਨਮਦਿਨ ਕਹਾਣੀ ਦੇ ਵਿੱਚ ਕਿਹੜਾ ਪਾਤਰ ਆਪਣੇ ਪੁੱਤਰ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ? ਯੈਸ ਰੇਜ਼ ਯੋਰ ਹੈਂਡ ਬੇਟਾ। ਜਨਮਦਿਨ ਕਹਾਣੀ ਦੇ ਵਿੱਚ ਕਿਹੜਾ ਪਾਤਰ ਹੈ ਜੋ ਆਪਣੇ ਪੁੱਤਰ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਦੇ ਵਿੱਚ ਪੜ੍ਹਾਉਣਾ ਚਾਹੁੰਦਾ ਹੈ? ਯੈਸ ਬੇਟਾ, ਰੇਜ਼ ਯੋਰ ਹੈਂਡ। ਕਿਹੜਾ ਪਾਤਰ ਹੈ ਜੋ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ ਬੇਟਾ? ਯੈਸ, ਰੇਜ਼ ਯੋਰ ਹੈਂਡ ਬੇਟਾ। ਯੈਸ ਹੈਂਡ ਬੇਟਾ, ਬੈਰਿਨ। ਯੈਸ ਥੈਰੀ, ਆਨਸਰ ਦੋ ਬੇਟਾ। ਯੈਸ ਮੈਮ। ਕਿਹੜਾ ਪਾਤਰ ਹੈ ਜੋ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ? ਮੈਮ, ਜੋਤੀ ਦਾ ਪਿਓ ਜੁਗਲ ਪ੍ਰਸਾਦ। ਕੱਲਾ ਜੁਗਲ ਪ੍ਰਸਾਦ ਵੇਖ ਸਕਦੇ ਹਾਂ। ਨੈਕਸਟ ਕੁਐਸਚਨ ਹੈ, ਜਨਮ ਦਿਨ ਕਹਾਣੀ ਅਨੁਸਾਰ ਜੁਗਲ ਪ੍ਰਸਾਦ ਦੀ ਜਿਹੜੀ ਤਨਖਾਹ ਹੈ ਕਿੰਨੇ ਰੁਪਏ ਵਧੀ ਸੀ? 5 ਰੁਪਏ। ਕਿੰਨੇ ਰੁਪਏ ਤਨਖਾਹ ਵਧੀ? 5 ਰੁਪਏ। ਜੁਗਲ ਪ੍ਰਸਾਦ ਦੇ ਸਭ ਤੋਂ ਛੋਟੇ ਬੇਟੇ ਦਾ ਕੀ ਨਾਮ ਹੈ? ਛੋਟੇ ਬੇਟੇ ਦਾ ਕੀ ਨਾਮ ਹੈ? ਜੋਤੀ। ਛੋਟਾ ਪੁੱਤਰ ਕੌਣ ਹੁੰਦਾ ਉਹਦਾ? ਜੋਤੀ। ਤੇ ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ? ਕੇਜੀ ਜਮਾਤ ਦੇ ਵਿੱਚ ਪੜ੍ਹਦਾ ਹੈ। ਜੋਤੀ ਕਿਹੋ ਜਿਹਾ ਵਿਦਿਆਰਥੀ ਹੈ? ਕਿਹੋ ਜਿਹਾ ਵਿਦਿਆਰਥੀ ਹੈ ਜੋਤੀ? ਬੜਾ ਹੁਸ਼ਿਆਰ, ਬੜਾ ਲਾਇਕ ਵਿਦਿਆਰਥੀ ਹੈ। ਐਗਜ਼ਾਮ ਦੇ ਵਿੱਚ ਬੇਟਾ ਦੋ ਦੋ ਆਪਸ਼ਨ ਵੀ ਆ ਸਕਦੀ ਹੈ, ਘਟੀਆਂ। ਨੈਕਸਟ ਹੈ, ਕਿੰਨੇ ਮਹੀਨੇ ਬਾਅਦ ਜੋਤੀ ਪ੍ਰਿੰਸੀਪਲ ਦੀ ਚਿੱਠੀ ਲੈ ਕੇ ਆਉਂਦਾ ਹੈ? ਕਿੰਨੇ ਮਹੀਨੇ ਬਾਅਦ ਲੈ ਕੇ ਆਉਂਦਾ ਹੈ? 6 ਮਹੀਨੇ ਬਾਅਦ ਪ੍ਰਿੰਸੀਪਲ ਦੀ ਚਿੱਠੀ ਲੈ ਕੇ ਜੋਤੀ ਆਉਂਦਾ ਹੈ। ਜੋਤੀ ਨੂੰ, ਜੋਤੀ ਨੇ ਕਿਸ ਦੇ ਗਲੇ ਦੇ ਵਿੱਚ ਹਾਰ ਪਾਉਣਾ ਸੀ? ਮੰਤਰੀ ਦੇ ਗਲੇ ਵਿੱਚ। ਠੀਕ ਹੈ, ਮੰਤਰੀ ਦੇ ਗਲੇ। ਮੰਤਰੀ ਦਾ ਕੀ ਨਾਮ ਹੈ? ਜਵਾਲਾ ਪ੍ਰਸਾਦ ਦੇ ਗਲੇ ਦੇ ਵਿੱਚ ਹਾਰ ਪਾਉਣਾ ਸੀ। ਜੋਤੀ ਕਿਸ ਦਿਨ ਚਿੱਠੀ ਲੈ ਕੇ ਆਉਂਦਾ ਹੈ? ਠੀਕ ਹੈ, ਜੋਤੀ ਕਿਸ ਦਿਨ ਅਧਿਆਪਕ ਦੀ ਚਿੱਠੀ ਲੈ ਕੇ ਆਉਂਦਾ ਹੈ ਪ੍ਰਿੰਸੀਪਲ ਦੀ? ਵੀਰਵਾਰ ਵਾਲੇ ਦਿਨ। ਕਦੋਂ ਚਿੱਠੀ ਲੈ ਕੇ ਆਉਂਦਾ ਹੈ? ਵੀਰਵਾਰ। ਤੇ ਉਸ ਦਿਨ ਕਿੰਨੀ ਤਾਰੀਖ ਹੁੰਦੀ ਹੈ? ਮਹੀਨੇ ਦੀ 26 ਤਾਰੀਖ ਹੁੰਦੀ ਹੈ ਜਿਸ ਦਿਨ ਜੋਤੀ ਚਿੱਠੀ ਲੈ ਕੇ ਆਉਂਦਾ ਹੈ। 26 ਤਾਰੀਖ ਨੂੰ
ਜੋਤੀ ਦੀ ਮਾਂ ਦੇਵਕੀ ਕੋਲੋਂ ਖਰਚੇ ਲਈ ਕਿੰਨੇ ਪੈਸੇ ਬਚਦੇ ਹਨ? ਸਿਰਫ 10 12 ਆਨੇ। ਕਿੰਨੇ ਪੈਸੇ ਹੁੰਦੇ ਹਨ? ਸਿਰਫ 10 12 ਆਨੇ ਹੀ ਖਰਚੇ ਲਈ ਬਚਦੇ ਹਨ। ਤੇ ਮੰਤਰੀ ਦਾ ਜਨਮ ਦਿਨ ਕਿਹੜੇ ਦਿਨ ਮਨਾਇਆ ਜਾਣਾ ਹੈ? ਐਤਵਾਰ। ਕਿਸ ਦਿਨ? ਐਤਵਾਰ। ਤੇ ਕਿਸ ਵੱਲੋਂ ਮਨਾਇਆ ਜਾਣਾ ਹੈ? ਨਾਗਰਿਕ ਸਭਾ ਵੱਲੋਂ। ਕਿਸ ਵੱਲੋਂ? ਨਾਗਰਿਕ ਸਭਾ ਦੇ ਵੱਲੋਂ ਇਹ ਜਨਮ ਦਿਨ ਮਨਾਇਆ ਜਾਣਾ ਹੈ। ਕਿਸ ਦਿਨ? ਐਤਵਾਰ। ਜੋਤੀ ਜਦੋਂ ਬੇਟਾ ਚਿੱਠੀ ਲੈ ਕੇ ਆਉਂਦਾ ਹੈ ਤੇ ਉਸ ਚਿੱਠੀ ਦੇ ਵਿੱਚ ਕੀ ਲਿਖਿਆ ਹੁੰਦਾ ਹੈ ਕਿ ਤੁਹਾਡੇ ਬੱਚੇ ਨੂੰ ਠੀਕ ਹੈ ਮਾਣ ਮਿਲਣਾ ਹੈ ਕਿ ਮੰਤਰੀ ਦੇ ਗਲੇ ਵਿੱਚ ਹਾਰ ਪਾਵੇਗਾ, ਪਰ ਉਸ ਦਿਨ ਉਸਨੂੰ ਨਵੀਂ ਪਰਦੀ ਪਾ ਕੇ ਆਉਣੀ ਪਏਗੀ। ਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖੀਆਂ ਹੁੰਦੀਆਂ? ਉਹਨਾਂ ਨੇ ਬੂਟ, ਨਵੇਂ ਬੂਟ, ਨਵੀਂ ਵਰਦੀ ਤੇ ਸੁਨਹਿਰੀ ਹਾਰ। ਨਵੇਂ ਬੂਟ, ਜੁਰਾਬਾ, ਸੁਨਹਿਰੀ ਹਾਰ, ਜਿਹੜੇ ਕੀ ਉਹਨੇ ਨਵੀਂ ਵਰਦੀ ਪਾਣੀ ਹੈ, ਬੂਟ ਪਾਣੇ ਤੇ ਸੁਨਹਿਰੀ ਹਾਰ ਲੈ ਕੇ ਆਉਣਾ ਹੈ। ਜਦੋਂ ਇਸ ਦੀਆਂ ਚੀਜ਼ਾਂ ਦੇ ਬਾਰੇ ਪੜ੍ਹਦੇ ਹਨ ਤਾਂ ਦੇਵਕੀ ਉਦਾਸ ਹੋ ਜਾਂਦੀ ਕਿ ਪੈਸਾ ਕਿੱਥੋਂ ਲੈ ਕੇ ਆਵਾਂਗੇ। ਤੇ ਉਹਦਾ ਪਿਤਾ ਜੁਗਲ ਪ੍ਰਸਾਦ 3 ਰੁਪਏ, ਕਿੰਨੇ ਪੈਸੇ? 3 ਰੁਪਏ ਉਧਾਰੇ ਲੈਂਦਾ ਹੈ, ਆਪਣੇ ਦੋਸਤਾਂ ਦੇ ਕੋਲੋਂ ਉਧਾਰੇ ਮੰਗ ਲੈਂਦਾ ਹੈ। ਤੇ ਉਹ ਜੋਤੀ ਦੀ ਮਾਂ ਦੇਵਕੀ ਨੂੰ ਕਹਿੰਦਾ ਹੈ ਕਿ ਜੋਤੀ ਜਿਹੜੀ ਨਵੀਂ ਕਮੀਜ਼ ਹੈ, ਠੀਕ ਹੈ, ਦੇਵਕੀ ਕਹਿੰਦੀ ਹੈ ਕਿ ਉਹਦੀ ਨਵੀਂ ਕਮੀਜ਼ ਮੈਂ ਚਾਦਰ ਨੂੰ, ਪੁਰਾਣੀ ਚਾਦਰ ਨੂੰ ਫਾੜ ਕੇ ਗੁਆਂਢੀਆਂ ਤੋਂ ਮਸ਼ੀਨ ਲਿਆ ਕੇ ਸੀ ਦੇਵਾਂਗੀ, ਤੇ ਨਿੱਕਰ ਦਾ ਕੱਪੜਾ ਉਹ ਬਾਜ਼ਾਰੋਂ ਲਿਆ ਕੇ ਦਰਜੀ ਨੂੰ ਦੇ ਆਉਂਦਾ ਹੈ। ਤੇ ਦਰਜੀ ਉਹਨੂੰ ਸ਼ਨੀਵਾਰ ਵਾਲੇ ਦਿਨ ਵਾਅਦਾ ਕਰਦਾ ਹੈ ਕਿ ਸ਼ਨੀਵਾਰ ਵਾਲੇ ਦਿਨ ਜਿਹੜਾ ਕੀ ਹੈ ਤੈਨੂੰ ਅਸੀਂ ਇਹ ਨਿੱਕਰ ਦੇ ਦੇਵਾਂਗੇ। ਜੁਗਲ ਪ੍ਰਸਾਦ ਜੋਤੀ ਦੀ ਮਾਂ ਦੇਵਕੀ ਨੂੰ ਬੂਟ, ਠੀਕ ਹੈ, ਬੂਟ ਤੇ ਬੂਟ ਜੁਰਾਬਾ, ਠੀਕ ਹੈ, ਬੂਟ ਜੁਰਾਬਾ ਤੇ ਹਾਰ ਸੰਭਾਲਣ ਲਈ ਕਹਿੰਦਾ ਹੈ। ਕਿਹੜੀ ਕਿਹੜੀ ਚੀਜ਼ਾਂ ਸੰਭਾਲਣ ਲਈ ਕਹਿੰਦਾ ਹੈ? ਬੂਟ, ਜੁਰਾਬਾ ਤੇ ਸੁਨਹਿਰੀ ਹਾਰ ਸੰਭਾਲ, ਬੈਗ ਦੇ ਵਿੱਚ ਸੰਭਾਲਣ ਲਈ ਕਹਿੰਦਾ ਹੈ। ਜੁਗਲ ਪ੍ਰਸਾਦ ਖੁਦ ਵੀ ਜੋਤੀ ਨੂੰ ਮਾਨ ਪ੍ਰਾਪਤ ਕਰਦੇ ਹੋਏ ਦੇਖਣਾ ਚਾਹੁੰਦਾ ਹੈ। ਇਸ ਲਈ ਉਹ ਕੀ ਕਰਦਾ ਹੈ ਕਿ ਨਾਗਰਿਕ ਸਭਾ ਦੇ ਦਫ਼ਤਰ ਜਾਂਦਾ ਹੈ, 2 ਘੰਟੇ ਦੀ ਛੁੱਟੀ ਲੈ ਕੇ। ਕਿੰਨੇ ਘੰਟੇ ਦੀ? 2 ਘੰਟੇ ਦੀ ਛੁੱਟੀ ਲੈ ਕੇ ਜਾਂਦਾ ਹੈ ਤਾਂ ਜੋ ਉਹ ਵੀ ਜਿਹੜਾ ਕਿ ਦੇਖ ਸਕੇ, ਪਰ ਉਸਨੂੰ ਉਹ ਸੱਦਾ ਪੱਤਰ, ਨਿਮੰਤਰਣ ਪੱਤਰ ਨਹੀਂ ਮਿਲਦਾ। ਠੀਕ ਹੈ, ਕਿਉਂ ਨਹੀਂ ਮਿਲਦਾ? ਕਿਉਂਕਿ ਉੱਥੇ ਬਹੁਤ ਵੱਡੇ ਵੱਡੇ ਅਫਸਰਾਂ ਨੇ, ਹੋਰ ਵੀ ਬਹੁਤ ਵੱਡੇ ਵੱਡੇ ਲੋਕਾਂ ਨੇ, ਮੰਤਰੀਆਂ ਨੇ ਆਉਣਾ ਹੁੰਦਾ ਹੈ, ਉਹ ਖਿੱਚ ਲਵੇ। ਉਹ ਦਿਨ ਜਿਸ ਦਿਨ ਜੋਤੀ ਨੇ ਗਲੇ ਵਿੱਚ ਹਾਰ ਪਾਉਣਾ ਹੁੰਦਾ ਹੈ, ਸਾਰੇ ਹੀ ਜੋਤੀ ਨੂੰ ਤਿਆਰ ਕਰਦੇ ਹਨ ਤੇ ਸਾਰੇ ਉਡੀਕ ਉਡੀਕ ਕਰਦੇ ਹਨ ਕਿ ਕਦੋਂ ਜੋਤੀ ਘਰ ਆਵੇ ਤੇ ਉਹਨੂੰ ਉਹ ਮਾਂ ਮਿਲਦਾ ਹੋਇਆ ਦੇਖਣ। ਪਰ ਜਦੋਂ ਜੁਗਲ ਪ੍ਰਸਾਦ ਸ਼ਾਮ ਦੇ ਸਮੇਂ ਦੇਖਦਾ ਹੈ ਜੋਤੀ ਆਉਂਦੇ ਹੋਇਆ ਦੇਖਦਾ ਹੈ ਪ੍ਰਿੰਸੀਪਲ ਨਾਲ, ਪਹਿਲਾਂ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਜੋਤੀ ਦੀ ਅਧਿਆਪਕਾਂ ਨੂੰ ਘਰ ਛੱਡਣ ਆ ਰਹੇ ਹਨ। ਪਰ ਜਦੋਂ ਜੋਤੀ ਕੋਲ ਆਉਂਦਾ ਹੈ ਤੇ ਡਸਕੋਰੇ ਭਰਦਾ ਹੈ, ਰੋਂਦਾ ਹੈ ਤੇ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹੀ ਇਹ ਕਹਿ ਕੇ ਚਲੀ ਜਾਂਦੀ ਹੈ ਕਿ ਸੇਠ ਲਖਪਤ ਰਾਏ, ਠੀਕ ਹੈ, ਸੇਠ ਲਖਪਤ ਰਾਏ ਨੇ ਚੇਅਰਮੈਨ ਨੂੰ ਕਹਿ ਕੇ, ਕਿਹਨੂੰ ਕਹਿ ਕੇ? ਚੇਅਰਮੈਨ ਨੂੰ ਕਹਿ ਕੇ ਆਪਣੇ ਪੁੱਤਰ ਦਾ ਨਾਮ ਲਿਖਵਾ ਰਿਹਾ ਹੈ। ਇਹ ਸੁਣ ਕੇ ਜੋਤੀ ਦੇ ਪਿਤਾ ਜੁਗਲ ਪ੍ਰਸਾਦ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਜੋ ਮਾਨ ਜੋਤੀ ਨੂੰ ਮਿਲਣਾ ਸੀ ਇੱਕ ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਤੇ, ਉਹ ਮਾਨ ਉਹਨੂੰ ਕਿਹਨੂੰ ਮਿਲਿਆ? ਸੇਠ ਲਖਪਤ ਰਾਏ ਨੂੰ। ਫਿਰ ਉਹ ਬੇਟਾ ਗੁੱਸੇ ਤੇ ਵਿਦਰੋਹ ਦੀ ਆਗ ਵਿੱਚ ਫੜਕ ਉੱਠਦਾ ਹੈ ਤੇ ਕਹਿੰਦਾ ਹੈ ਕਿ ਮੈਂ ਦੇਖਾਂਗਾ ਕਿ ਗਰੀਬਾਂ ਦੇ ਹੱਕਾਂ ਨੂੰ ਕੌਣ ਲਿਤਾੜਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਭਾਵ ਕਿ ਉਹ ਜਾਗਰੂਕ ਹੋ ਚੁੱਕਾ ਹੈ, ਇਸ ਕਹਾਣੀ ਦਾ ਅੰਤ ਹੈ ਕਿਹੋ ਜਿਹਾ ਹੈ? ਬੜਾ ਦੁੱਖ ਭਰਿਆ ਹੈ। ਸਮਝ ਆਈ ਬੇਟਾ ਕਹਾਣੀ ਰਾਈਟਰ ਦੇ ਬਾਰੇ? ਆਪਸ਼ਨ ਪੇਪਰ ਦੇ ਵੀ ਬੇਟਾ ਧਿਆਨ ਨਾਲ ਪੜ੍ਹ ਕੇ, ਠੀਕ ਹੈ, ਚਾਰੇ ਆਪਸ਼ਨ ਨੂੰ ਪੜ੍ਹ ਕੇ ਧਿਆਨ ਨਾਲ ਫਿਰ ਹੀ ਤੁਸੀਂ ਕਰੈਕਟ ਆਪਸ਼ਨ ਟਿਕ ਲਗਾਉਣਾ ਹੈ। ਠੀਕ ਹੈ, ਤੁਹਾਨੂੰ ਬੇਟਾ ਓ ਐਮ ਆਰ ਸ਼ੀਟ ਆਏਗੀ, ਓ ਐਮ ਆਰ ਸ਼ੀਟ ਆਵੇ ਤੇ ਜੇ ਸਰਕਲ ਪੇ ਹੋਣਗੇ ਤੇ ਉਹ ਸਰਕਲ ਨੂੰ ਅੱਛੀ ਤਰ੍ਹਾਂ ਤੁਸੀਂ ਫਿਲ ਕਰਨਾ ਹੈ। ਠੀਕ ਹੈ, ਜੇ ਅੱਛੀ ਤਰ੍ਹਾਂ ਫਿਲ ਨਹੀਂ ਕਰੋਗੇ ਤਾਂ ਰੋਂਗ ਹੈ। ਠੀਕ ਹੈ, ਓ ਐਮ ਆਰ
ਸੀ ਤੇ ਸਰਕਲ ਨੂੰ ਅੱਛੀ ਤਰ੍ਹਾਂ ਫਿਲ ਕਰਨਾ ਹੈ। ਓਕੇ ਬੇਟਾ, ਨੈਕਸਟ ਅਸੀਂ ਕਰਾਂਗੇ ਬੇਟਾ ਕਵਿਤਾ ਕਰਾਂਗੇ ਧਨੀ ਰਾਮ ਚਾਤਰੀ ਦੀ, ਵਿਸਾਖੀ ਦਾ ਮੇਲਾ ਤੇ ਸਮਾਂ ਕਵਿਤਾ। ਕਵਿਤਾ ਵਿਸਾਖੀ ਦਾ ਮੇਲਾ ਕਿਹਦੀ ਲਿਖੀ ਹੋਈ ਹੈ? ਧਨੀ ਰਾਮ ਚਾਤਰੀ ਦੀ ਲਿਖੀ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੱਲ ਅਸੀਂ ਵਿਸਾਖੀ ਦਾ ਮੇਲਾ ਦੇਖਣ ਚੱਲੀਏ, ਕਿਉਂਕਿ ਵਿਸਾਖੀ ਦੇ ਮੇਲੇ ਵਿੱਚ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ। ਪੱਕ ਗਈਆਂ ਕਣਕਾਂ ਲੁਕਾੜ ਰਸਿਆ, ਕਣਕਾਂ ਦੀ ਫਸਲ ਪੱਕ ਜਾਂਦੀ ਹੈ ਤੇ ਲੁਕਾੜ ਦੇ ਫਲ ਨੂੰ ਰਸ ਪੈਣਾ ਸ਼ੁਰੂ ਹੋ ਜਾਂਦਾ ਹੈ। ਇਗਜ਼ਾਮ ਦੇ ਵਿੱਚ ਬੇਟਾ ਕੋਈ ਵੀ ਤੁਹਾਨੂੰ ਕਵਿਤਾ ਦੀ ਲਾਈਨ ਪੂਰੀ ਕਰਨੀ ਆ ਸਕਦੀ ਹੈ, ਠੀਕ ਹੈ? ਇਸ ਲਈ ਕਵਿਤਾ ਨੂੰ ਵੀ ਅੱਛੀ ਤਰ੍ਹਾਂ ਤੁਸੀਂ ਰੀਡ ਕਰਨਾ ਹੈ। ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਤੇ ਅੰਬਾਂ ਨੂੰ ਬੇਟਾ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬਹਾਰ ਦੇ ਆਉਣ ਨਾਲ ਬਸੰਤ ਰੁੱਤ ਦੇ ਆਉਣ ਦੇ ਨਾਲ ਬਾਗਾਂ ਦੇ ਵਿੱਚ ਨਵੇਂ ਨਵੇਂ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਬੇੜੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ, ਬੇੜੀਆਂ ਕਿਹਦੇ ਭਾਰ ਨਾਲ ਲਿਫਦੀਆਂ ਚੁੱਕਦੀਆਂ ਹਨ? ਬੇਰਾਂ ਦੇ ਭਾਰ ਦੇ ਨਾਲ ਚੁੱਕ ਜਾਂਦੀਆਂ ਹਨ ਕੀ ਟਾਹਣੀਆਂ। ਪੁੰਗਰੀਆਂ ਵਲਾਂ ਵਲਾਂ ਰੁੱਖੀ ਚੜੀਆਂ, ਜਿਹੜੀਆਂ ਵੇਲਾਂ ਹਨ ਰੁੱਖਾਂ ਦੇ ਉੱਪਰ ਚੜ੍ਹਦੀਆਂ ਜਾਂਦੀਆਂ ਹਨ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਤੇ ਫੁੱਲਾਂ ਦੇ ਹੇਠਾਂ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ। ਸਾਈਂ ਦੀ ਨਿਗਾਹ, ਸਾਈਂ ਮਤਲਬ ਪਰਮਾਤਮਾ, ਸਾਈਂ ਦਾ ਕੀ ਮਤਲਬ ਹੈ? ਪਰਮਾਤਮਾ। ਸਾਈਂ ਦੀ ਨਿਗਾਹ ਜਗ ਦੇ ਸਵੱਲੀ ਏ, ਸਵੱਲੀ ਦਾ ਮੀਨਿੰਗ ਹੈ ਮਿਹਰਬਾਨੀ ਵਾਲੀ। ਸਵੱਲੀ ਮਤਲਬ ਮਿਹਰਬਾਨੀ। ਸਾਈਂ ਦੀ ਨਿਗਾਹ ਜਗ ਤੇ ਸਵੱਲੀ ਏ, ਜਿਹੜੀ ਪਰਮਾਤਮਾ ਦੀ ਨਿਗਾਹ ਹੈ ਜਗ ਤੇ, ਜਿਹੜੀ ਕੀ ਏ ਚੰਗੀ ਹੁੰਦੀ ਹੈ ਇਸ ਮਹੀਨੇ। ਚੱਲ ਨੀ ਪ੍ਰੇਮੀ ਵਿਸਾਖੀ ਚੱਲੀਏ, ਕਵੀ ਆਪਣੇ ਪ੍ਰੇਮੀਆਂ ਨੂੰ ਕਹਿ ਰਿਹਾ ਕਿ ਚਲੋ ਅਸੀਂ ਵਿਸਾਖੀ ਦਾ ਮੇਲਾ ਦੇਖਣ ਚੱਲੀਏ। ਦੂਰੋਂ ਦੂਰੋਂ ਥਾਂ ਵਣਜਾਰੇ ਆਏ ਨੇ, ਦੂਰ ਦੂਰ ਤੋਂ ਵਣਜਾਰੇ ਆਉਂਦੇ ਹਨ। ਸੋਹਣੇ ਸੋਹਣੇ ਕੁੰਜਾਂ ਦੇ ਫੀਤੇ ਲਿਆ, ਕੁੰਜਾਂ ਦੇ ਫੀਤੇ ਕਹਿੰਦੇ ਦੁਪੱਟਿਆਂ ਤੇ ਲੱਗਣ ਵਾਲੀ ਲੈਸ, ਠੀਕ ਹੈ? ਦੂਰ ਦੂਰ ਤੋਂ ਵਣਜਾਰੇ ਆਉਂਦੇ ਹਨ, ਉਹ ਫੀਤੇ ਲੈ ਕੇ ਆਉਂਦੇ ਹਨ। ਗਜਰਿਆਂ ਤੇ ਵੰਗਾਂ ਦਾ ਤਾਂ ਕੋਈ ਅੰਤ ਨਹੀਂ, ਗਜਰੇ ਮਤਲਬ ਕੜੇ, ਠੀਕ ਹੈ, ਚੂੜੀਆਂ, ਠੀਕ ਹੈ। ਵਿਸਾਖੀ ਦੇ ਮੇਲੇ ਦੇ ਵਿੱਚ ਜਿਹੜੇ ਲੋਕ ਹਨ ਚੂੜੀਆਂ ਗਜਰੇ ਲਾ ਕੇ ਬੈਠੇ ਹੁੰਦੇ ਹਨ। ਮੰਡੀ ਝੂਠੇ ਗਹਿਣੇ, ਝੂਠੇ ਗਹਿਣੇ ਮਤਲਬ ਨਕਲੀ ਗਹਿਣੇ, ਵਿਸਾਖੀ ਦੇ ਮੇਲੇ ਦੇ ਵਿੱਚ ਲੋਕੀ ਨਕਲੀ ਗਹਿਣਿਆਂ ਦੀ ਦੁਕਾਨਾਂ ਸਜਾਈ ਰੱਖਦੇ ਹਨ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਵਿਸਾਖੀ ਦੇ ਮੇਲੇ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਹੱਟੀਆਂ ਮਤਲਬ ਦੁਕਾਨਾਂ ਸਜਾਈਆਂ ਹੁੰਦੀਆਂ ਹਨ। ਸੈਂਕੜੇ ਸੁਗਾਤਾ ਨਾਲੇ ਹੋਰ ਆਈਆਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਮਾਨ ਮੇਲੇ ਦੇ ਵਿੱਚ ਲੱਗਿਆ ਹੁੰਦਾ ਹੈ। ਹੱਟੀ 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 ਅਤੇ ਮੈਂ ਦੁਕਾਨ ਦੁਕਾਨ ਸ਼ੌਕੀਨਾਂ ਦੀ ਭੀਲ ਖੜੀ ਹੈ, ਜਿਸ ਚੀਜ਼ ਦਾ ਕਿਸੇ ਨੂੰ ਕੋਈ ਸ਼ੌਕ ਹੁੰਦਾ ਹੈ ਉਹੀ ਚੀਜ਼ ਉਹ ਖਰੀਦਦਾ ਹੈ। ਚੱਲ ਨੀ ਪ੍ਰੇਮੀ ਵਿਸਾਖੀ ਚੱਲੀਏ, ਕਵੀ ਆਪਣੇ ਪ੍ਰੇਮੀਆਂ ਨੂੰ ਕਹਿ ਰਿਹਾ ਕਿ ਚਲੋ ਅਸੀਂ ਵਿਸਾਖੀ ਦਾ ਮੇਲਾ ਦੇਖਣ ਚੱਲੀਏ। ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜਗ੍ਹਾ ਜਗ੍ਹਾ ਤੇ ਪੰਘੂੜੇ ਲੱਗੇ ਹੋਏ ਹਨ, ਉੱਚੇ ਉੱਚੇ ਝੂਟੇ ਲੱਗੇ ਹੋਏ ਹਨ। ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਠੀਕ ਹੈ, ਜੋਗੀਆਂ ਨੇ ਮਦਾਰੀਆਂ ਨੇ ਵਿਸਾਖੀ ਦੇ ਮੇਲੇ ਵੀ ਤਮਾਸ਼ੇ ਲਾਏ ਹੋਏ ਹਨ। ਵੰਜਲੀ ਲੰਗੋਸਾ ਕਾਟੋ ਤੁੰਬਾ, ਇਹ ਸਾਰੇ ਕੀ ਹਨ? ਲੋਕ ਸਾਜ ਇੰਸਟਰੂਮੈਂਟ, ਠੀਕ ਹੈ। ਵਿਸਾਖੀ ਦੇ ਮੇਲੇ ਵੰਜਲੀ ਵੀ ਵੱਜ ਰਹੀ ਹੈ, ਲੰਗੋਸਾ ਕਾਟੋ ਤੇ ਤੁੰਬਾ ਵੱਜਦੇ ਹੋਏ ਸੁਣਾਈ ਦੇ ਰਹੇ ਹਨ। ਛਿੰਝ ਵਿੱਚ ਸੂਰੇ ਪਹਿਲਵਾਨ ਕਰਦੇ, ਛਿੰਝ ਮਤਲਬ ਹੁੰਦਾ ਹੈ ਅਖਾੜਾ, ਜਿੱਥੇ ਪਹਿਲਵਾਨ ਘੋਲ ਕਰਦੇ ਹਨ, ਕੁਸ਼ਤੀ ਲੜਦੇ ਹਨ। ਵਿਸਾਖੀ ਦੇ ਮੇਲੇ ਦੇ ਵਿੱਚ ਅਖਾੜੇ ਦੇ ਵਿੱਚ ਪਹਿਲਵਾਨ ਕੁਸ਼ਤੀ ਲੜਦੇ ਹਨ। ਇਕੱਠਾ ਹੋ ਕੇ ਆਇਆ ਰੋਲਾ ਸਾਏ ਜਗਦਾ, ਇਸ ਤਰ੍ਹਾਂ ਲੱਗਦਾ ਹੈ ਕਿ ਸਾਰੀ ਦੁਨੀਆਂ ਦਾ ਜਿਹੜਾ ਰੋਲਾ ਹੈ ਉਹ ਵਿਸਾਖੀ ਦੇ ਮੇਲੇ ਦੇ ਵਿੱਚ ਆ ਗਿਆ ਹੈ। ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਮੋਢੇ ਨਾਲ ਮੋਢਾ ਵੱਜਦਾ, ਭਾਵ ਕਿ ਲੰਘਣ ਦੀ ਥਾਂ ਵੀ ਨਹੀਂ ਹੁੰਦੀ। ਕੋਹਾਂ ਵਿੱਚ ਮੇਲੇ, ਕੋਹਾਂ ਮਤਲਬ ਦੂਰ ਦੂਰ,
कोहा विच मेले ने जमीन मली, कोहा तक मेला फैलिया होया है। चल नी मेरे विसाखी चलिए, चल असी विसाखी का मेला देखन चलिए। ठीक है, ऑप्शन है क्वेश्चन, कवि अनुसार मेला कितने तक फैलिया होया है? कोहा तक। कवि अपनी प्रेमिका नु कित्थे जाण लई कहिंदा है? विसाखी दे मेले विच जाण लई कहिंदा है। नेक्स्ट है, विसाखी दे महीने केड़े फुल खिलते हैं? गुलाब दे। नेक्स्ट है, तानिया दे पार नाल केड़े रुख लिख रहे हैं? बेरा दे। तानिया दे पार नाल की लिखता पे है? बेर। नेक्स्ट है, विसाखी दा मेला कविता दे विच चिंज वंजरी लगोजा शब्द दे सही अर्थ। ठीक है, की हन चिंज वंजरी लगोजा की हन? चिंज है कुश्ती, जिथे की है कुश्ती लड़ी जाती है। ठीक है, ते मंजरी का की मीनिंग है? बांस दी पीपनी। रिपीट करिया, बंसी मतलब बांस दी पीपनी, चिंज मतलब कुश्ती, ते लगोजा मतलब तुम भी, लगोजा का मतलब है तुम भी। नेक्स्ट है, विसाखी का मेला कविता केड़े देसी महीने की गल की गई है? केड़ा देसी मेला है? विसाख दा। नेक्स्ट है, चिंजवीन कौन गज रहे हैं? पहलवान। कौन गजते हैं? पहलवान। नेक्स्ट है, विसाखी दे मेले विच कौन दुकाना पाई बैठे हैं? बंजारे। कौन पाई बैठे हैं? बंजारे। विसाखी दे मेले समय बूर किन्हां नूं पैंदा है? अंबा नूं। केड़े फुल नूं पैंदा है? अंबा दे फल नूं, जिहड़ा अंबा दे फल नूं जिहड़ा बूर पैना शुरू हो जाता है। ओके बेटा, नेक्स्ट बेटा मैं तुहानूं काव्य टुकड़ी करावांगी अणडिठी, ध्यान नाल सुनो। अणडिठी काव्य टुकड़ी बेटा, अणडिठा वार्तक पहली असाइनमेंट सेंड कीती है। अगर किसी भी क्वेश्चन विच डाउट है देन प्लीज रेज योर हैंड असाइनमेंट ते। अणडिठी काव्य टुकड़ी करांगी। पदाइश इकले इक, पदाइश इकले इक, बाग चमन दे दोवे, इक बाग चमन दे दोवे, एक शब उमर गुलाबी औरत, एक शब उमर गुलाबी औरत, अते खा रहे जित उमे, अते खा रहे जित उमे, थोड़ा रहन कबूल प्यारे, थोड़ा रहन कबूल प्यारे, पर तू खार ना होवे, पर तू खार ना होवे, हाशम आन मिने कल हसके, हाशम आन मिले हसके, भावे एक पल पास खलोवे, भावे एक पल पास खलोवे। पहला नोट कर लो बेटा, पहला नोट कर लो बेटा। Yes. सुनो बेटा, क्या ना गुल ने खा, गुल ने मीनिंग की है, गुल का मीनिंग है
फुल का की मीनिंग है फुल, फुल का की मीनिंग है फुल। ते खा का मीनिंग है कंडे, खा का की मीनिंग है गंडे कंडे। गुल ते खार पताए शिकले, एक बार चमंदे दोवे। इना सतराज कवि ने की केड़े गुल है फुल ते कंडे की हर इको के इकट्ठे पैदा होंदे हन, इको जड़ी की इको समय पैदा होंदे हन। जिहड़ा गुल है ते खार है ये दोनों बेटा की हन इको समय पैदा होंदे हन फुल ते कंडे। बेटा कदी गुलाब दे फुल नूं देखना ओहदे नाल कंडे भी होंदे है, भाव जे फुल होंदा ते फुल दे नाल कंडे भी होणगे। गुल ते खार पदायश इकल्ले, गुल ते खार पदायश इकट्ठे, ठीक है इकट्ठे पैदा होंदे हन इको बाग चवन दे दोए, ये इको ही बाग दे होंदे हन इको ही बगीचे दे होंदे हन। एक शब उमर गुलाब दी ओड़क, जिहड़े गुलां दी उमर है फुलां दी उमर थोड़ी जिही हुंदी है। जिहड़े फुलां दी उमर की हुंदी है कवि ने की कहा कि फुलां दी उमर है वो की है एक रात भर दी हुंदी है। शब्द का मीनिंग है रात, शब्द का की मीनिंग है रात। जिहड़े फुलां दी उमर है एक रात दी हुंदी है भाव की थोड़ी हुंदी है। ते खार है जितोवे, खार मतलब कंडे, पर कंडे की हन वो सदा लई हुंदे हन, ठीक है कंडियां दी उमर बहुत ज्यादा हुंदी है। बेटा फुल तुसी देखोगे थोड़ी देर बाद ही मुरझाएगा, एक या दो दिन बाद ही फुल की हुंदा है मुरझा जांदा है, ठीक है। पर जिहड़े कंडे हुंदे हन ओ उसे तरह स्थिर रहिंदे हन। थोड़ा रहन कबूल प्यारे, इन्हां सत्रां विच कवि ने कहा है कि सानूं थोड़ा जीवन कबूल करना चाहिए, पर थोड़े जीवन दे विच अगर असीं चंगे काम कर ले, नेम काम कर ले, फुल्लां दे वांग खुशबुआं फैला दित्तियां, जिस तरह गुलाब दा फुल सारे पासे खुशबुआं फैलाउंदा है, सब नूं खुशी दिंदा है, चाहे उहदा जीवन थोड़ा चीज दा ही है, उसे तरह चाहे तुहाडी उम्र क्यों थोड़ी क्यों ना होवे, जे तुसीं उस थोड़ी जिही उम्र दे विच दुनिया नूं खुशी दे सके या किसे नूं खुश कर सके तो ਤੁਹਾਡਾ जीवन ਜਿਹੜਾ ਕਿ ਸਾਰਥਕ ਹੋ ਜਾਏਗਾ, ਸਫਲ ਹੋ ਜਾਏਗਾ, ਠੀਕ ਹੈ। ਇਸ ਲਈ ਪਰਮਾਤਮਾ ਅਸਲੀ ਕਵੀ ਨੇ ਕੀ ਕਿਹਾ ਹੈ ਕਿ ਪਰਮਾਤਮਾ ਦੀ ਬਣਾਈ ਹੋਈ ਦੁਨੀਆ ਦੇ ਵਿੱਚ ਜੋ ਤੁਹਾਨੂੰ ਪਰਮਾਤਮਾ ਦੁਨੀਆ ਬਣਾਈ ਹੈ ਉਸ ਦੁਨੀਆ ਵਿੱਚ ਖੁਸ਼ੀਆਂ ਕਿਹੜੇ ਵੰਡੋ, ਚਾਹੇ ਪਰਮਾਤਮਾ ਨੇ ਤੁਹਾਨੂੰ ਥੋੜੀ ਉਮਰ ਕਿਉਂ ਨਾ ਦਿੱਤੀ ਹੈ, ਪਰ ਤੂੰ ਖਾਣ ਨਾ ਹੋਵੇ ਤੁਹਾਨੂੰ ਖਾਣ ਦੇ ਵਾਂਗੂ ਨਹੀਂ ਹੋਣਾ ਚਾਹੀਦਾ। ਭਾਵ ਕਿ ਜਿਸ ਤਰ੍ਹਾਂ ਕੰਡੇ ਹਨ ਉਹ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕੰਡੇ ਚੁੱਭਦੇ ਹਨ, ਤੇ ਜਦੋਂ ਕਿਸੇ ਨੂੰ ਕੰਡਾ ਚੁੱਕਦਾ ਹੈ ਤੇ ਉਸ ਕੰਡੇ ਨਾਲ ਤੁਹਾਨੂੰ ਦੁੱਖ ਹੁੰਦਾ ਹੈ, ਇਸ ਤੁਹਾਨੂੰ ਕੰਡੇ ਦੇ ਵਾਂਗ ਨਹੀਂ ਬਣਨਾ ਚਾਹੀਦਾ, ਭਾਵ ਕਿ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਹਾਸ਼ਮ ਆਣ ਮਿਲੇ ਹੱਸ ਹੱਸ ਕੇ, ਹਾਸ਼ਮ ਕਵੀ ਦਾ ਨਾਮ ਹੈ, ਕਵੀ ਨੇ ਕੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੱਸ ਕੇ ਖੁਸ਼ ਹੋ ਕੇ ਮਿਲਣਾ ਚਾਹੀਦਾ ਹੈ, ਭਾਵੇਂ ਇੱਕ ਪਲ ਪਾਸ ਲਵੇ, ਚਾਹੇ ਸਾਡੇ ਕੋਲ ਕੋਈ ਇੱਕ ਘੜੀ ਲਈ ਮਿਲਣਾ ਕਿਉਂ ਨਾ ਆਇਆ ਹੈ, ਚਾਹੇ ਥੋੜਾ ਚੀਜ਼ ਕਿਉਂ ਨਹੀਂ ਆਇਆ ਸਾਡੇ ਕੋਲ, ਸਾਨੂੰ ਉਸ ਵਿਅਕਤੀ ਦੇ ਨਾਲ ਖੁਸ਼ ਹੋ ਕੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਸ਼ਬਦਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਉਹਨੂੰ ਦੁੱਖ ਦੇਣਾ ਚਾਹੀਦਾ। ਸਮਝ ਆ ਗਈ ਪਹਿਲਾ ਬੇਟਾ ਮੀਨਿੰਗ, ਕਲੀਅਰ ਹੈ ਸਭ ਨੂੰ? ਯੈਸ, ਮੀਨਿੰਗ ਕਲੀਅਰ ਹੈ ਬੇਟਾ? ਯੈਸ, ਹੁਣ ਅਸੀਂ ਵਨ ਇਹਦੇ ਕੁਐਸਚਨ ਆਨਸਰ ਕਰਾਂਗੇ, ਠੀਕ ਹੈ ਇਹਦੇ ਕੁਐਸਚਨ ਆਨਸਰ। ਫਸਟ ਕੁਐਸਚਨ ਹੈ ਬੇਟਾ ਫੁੱਲ ਅਤੇ ਖਾਰ ਦੇ ਵਿੱਚ, ਫਸਟ ਕੁਐਸਚਨ ਹੈ ਫੁੱਲ ਤੇ ਖਾਰ ਦੇ ਵਿੱਚ ਕਵੀ ਨੇ ਕੀ ਫਰਕ ਦੱਸਿਆ ਹੈ? ਯੈਸ ਬੇਟਾ, ਰੇਜ਼ ਯੂਰ ਹੈਂਡ, ਕਿਹੜਾ ਫਰਕ ਦੱਸਿਆ ਹੈ? ਯੈਸ ਪੁੱਤਰ, ਰੇਜ਼ ਯੂਰ ਹੈਂਡ, ਕੀ ਫਰਕ ਦੱਸਿਆ ਹੈ? ਯੈਸ, ਰੇਜ਼ ਯੂਰ ਹੈਂਡ, चाहे बेटा गुल ते खार इको बूटे दे हन, पर गुल ते खार की फर्क है? कि गुल की है खुशबुआ बनता है,
ਤੇ ਖਾਰ ਕੀ ਇਹ ਦੁੱਖ ਵੰਡਦਾ ਹੈ ਦੁੱਖ ਦਿੰਦਾ ਹੈ ਇਹ ਆਪਸ਼ਨ ਆਣਾ ਹੈ ਠੀਕ ਹੈ ਪਹਿਲਾ ਆਏਗਾ ਖੁਸ਼ਬੂ ਤੇ ਦੂਸਰਾ ਆਏਗਾ ਦੁੱਖ ਓਕੇ ਐਸਾ ਆਪਸ਼ਨ ਆਣੀ ਓਕੇ ਬੇਟਾ ਓਕੇ ਠੀਕ ਹੈ ਪਹਿਲਾ ਕੀ ਖੁਸ਼ਬੂ ਕੀ ਫਰਕ ਹੈ ਜਿਹੜਾ ਗੁਲ ਹੈ ਖੁਸ਼ਬੂ ਵੰਡੇਗਾ ਖਾਰ ਕੀ ਇਹ ਦੁੱਖ ਦੇਵੇਗਾ ਕਲੀਅਰ ਹੈ ਨੈਕਸਟ ਸੈਕਿੰਡ ਕੁਐਸਚਨ नेक्स्ट है शब शब्द का अर्थ चुनो शब शब्द का की अर्थ है दसिया से बेटा हमें शब शब्द का की अर्थ है यस शब का अर्थ है रात थोड़ा समा ठीक है रात नेक्स्ट है क्वेश्चन फार शब्द का की अर्थ है फार शब्द का की अर्थ है फार का अर्थ है कंडे ਫਾਰ ਦਾ ਕੀ ਅਰਥ ਹੈ ਅੰਡੇ ਤੇ ਫੁੱਲ ਦਾ ਕੀ ਅਰਥ ਹੈ ਫੁੱਲ ਫੁੱਲ ਦਾ ਕੀ ਅਰਥ ਹੈ ਫੁੱਲ ਨੈਕਸਟ ਹੈ ਹਾਸ਼ਮ ਸ਼ਬਦ ਕਿਹਦੇ ਲਈ ਆਇਆ ਹੈ ਹਾਸ਼ਮ ਸ਼ਬਦ ਕਿਸ ਲਈ ਆਇਆ ਹੈ ਯੈਸ ਬੇਟਾ ਕਿਹਦੇ ਲਈ ਆਇਆ ਹਾਸ਼ਮ ਸ਼ਬਦ ਬੇਟਾ ਕਵੀ ਲਈ ਕਿਹਦੇ ਲਈ ਆਇਆ ਹੈ ਕਵੀ ਲਈ ਲਿਖਿਆ ਨਾ ਹਾਸ਼ਮ ਆਨ ਮਿਲੇ ਹੱਸ ਹੱਸ ਕੇ ਹਾਸ਼ਮ ਸ਼ਬਦ ਕਿਹਦੇ ਲਈ ਆਇਆ ਹੈ ਹਾਸ਼ਮ ਸ਼ਬਦ ਕਵੀ ਲਈ ਆਇਆ ਹੈ नेक्स्ट क्वेश्चन है सानू किसे नाल किस तरह का वर्ताव करना चाहिए है सानू किसे नाल किस तरह का वर्ताव करना चाहिए है चंगा हस के बोलना चाहिए है ठीक है जे सानू कोई मिलन आता है तो सानू उस नाल हस के गल करनी चाहिए है आले दुआले खुशबुआ मंडनिया चाहिए हैं लास्ट क्वेश्चन है इस कार टुकड़ी दे विच कवि ने किस नु समझाउन दा यत्न कीता है किनु समझाया बेटा यस यस बेटा यस है किस नु समझाया है इंसान नु ठीक है मनुख नु किनु समझाया है इंसान नु समझाया है मनुख नु समझाया है ठीक है कि सानू हरेक दे नाल चंगा बोलना चाहिदा है अपने आले दुआले खुशबुआं बंडनियां चाहिदियां हन ओके बेटा क्लियर है एग्जाम दे विच बेटा अनडिठे वार्तक पहले दो आने ठीक है एक अनडिठी कार टुकड़ी 15 मार्क्स ते व्याकरण आएगी 12 मार्क्स जिदे विच लिंक कर लो पूरी ग्रामर दी बुक जो दित्ते हुए है शुद्ध करो भी कंप्लीट ते विरोधी शब्द तीनों टॉपिक ग्रामर दे पूरे पूरे पेजेस ठीक है 12 मार्क्स ही है वे नेक्स्ट होएगा फिर तुहानू लिटरेचर पार्ट जिदे विच कहानी जन्मदिन ਸਵਿੰਦਰ ਸਿੰਘ ਉੱਪਰ ਦੀ ਵਾਰਤਕ ਲੇਖ ਦੋ ਹੈ ਹੁਣ ਵੇਖਿਆ ਪਿੰਡ ਵਹਿਮੀ ਦਾਇਆ ਤੇ ਕਵਿਤਾਵਾਂ ਹੈ ਧਨੀ ਰਾਮ ਚਾਤਰੀ ਭਾਈ ਵੀਰ ਸਿੰਘ ਸਵਾ ਕਵਿਤਾ ਓਕੇ ਬੇਟਾ ਓਕੇ ਬੇਟਾ ਬਾਏ ਬੇਟਾ